ਸਾਡੇ ਭਾਰਤ ਵਿੱਚ ਆਮ ਤੌਰ 'ਤੇ ਦੇਖਿਆ ਜਾਂਦਾ ਕਿ ਜਦ ਵੀ ਕਿਸੇ ਘਰ ਵਿੱਚ ਕੋਈ ਬੱਚਾ ਜਨਮ ਲੈਂਦਾ ਤਾਂ ਉਦੋਂ ਤੋਂ ਹੀ ਉਸ ਦੇ ਫਿਊਚਰ ਨੂੰ ਲੈ ਕੇ ਪਲਾਨਿੰਗ ਸ਼ੁਰੂ ਹੋ ਜਾਂਦੀ ਹੈ। ਜਿਵੇਂ ਕਿ ਪਹਿਲਾਂ ਤਾਂ ਬੱਚੇ ਦੀ ਪੜ੍ਹਾਈ ਕਿਵੇਂ ਜਾਂ ਕਿਸ ਤਰ੍ਹਾਂ ਦੀ ਹੋਵੇਗੀ, ਸਕੂਲ ਵਿੱਚ ਉਸ ਦੀ ਫੀਸ ਦਾ ਖਰਚਾ, ਟਿਊਸ਼ਨਾਂ ਦਾ ਖਰਚਾ, ਕਾਲਜ ਜਾਣ 'ਤੇ ਹਾਇਰ ਐਜੂਕੇਸ਼ਨ ਦਾ ਖਰਚਾ, ਕਾਲਜ ਦੀ ਡਿਗਰੀ ਤੋਂ ਬਾਅਦ ਉਸ ਦੀ ਨੌਕਰੀ ਦੀ ਚਿੰਤਾ, ਕਿਉਂਕਿ ਇਹ ਜ਼ਰੂਰੀ ਨਹੀਂ ਕਿ ਡਿਗਰੀ ਤੋਂ ਬਾਅਦ ਉਸ ਨੂੰ ਨੌਕਰੀ ਮਿਲੇਗੀ ਜਾਂ ਨਹੀਂ, ਉਹਦੇ ਵਿਆਹ ਦੀ ਚਿੰਤਾ। ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਭਾਰਤ ਵਿੱਚ ਜਦ ਵੀ ਕੋਈ ਬੱਚਾ ਜਨਮ ਲੈ ਲੈਂਦਾ ਹੈ ਤਾਂ ਉਸ ਦੇ ਨਾਲ ਹੀ ਇਹ ਸਾਰੀਆਂ ਸਮੱਸਿਆਵਾਂ ਜਨਮ ਲੈ ਲੈਂਦੀਆਂ ਹਨ। ਪਰ ਸਾਨੂੰ ਇਹ ਚੀਜ਼ ਭੁੱਲਣੀ ਨਹੀਂ ਚਾਹੀਦੀ ਕਿ ਹਰ ਸਮੱਸਿਆ ਦਾ ਹੱਲ ਹੁੰਦਾ ਹੈ। ਹਾਂ, ਸਮੱਸਿਆ ਦਾ ਰੂਪ ਅਲੱਗ ਹੋ ਸਕਦਾ ਹੈ, ਜਿਵੇਂ ਰੋਜ਼ਗਾਰ, ਪੜ੍ਹਾਈ ਦਾ ਖਰਚ, ਬਿਮਾਰੀ ਦਾ ਖਰਚ ਆਦਿ। ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਬਿਮਾਰ ਹੋਣ 'ਤੇ ਸਰਕਾਰ ਨੇ ਹੌਸਪਿਟਲਾਂ ਵਿੱਚ ਤੁਹਾਡੀ ਸਿਹਤ ਦੇ ਇਲਾਜ ਲਈ ਇੰਤਜ਼ਾਮ ਕੀਤਾ ਹੋਇਆ ਹੈ। 50,000 ਰੁਪਏ ਤੱਕ ਇਲਾਜ ਚੁਣਿੰਦਾ ਹੌਸਪਿਟਲਾਂ ਵਿੱਚ ਮੁਫਤ ਹੋਵੇਗਾ। ਬੈਂਕਾਂ ਵਿੱਚ ਖਾਤਾ ਖੁਲਵਾਉਣ ਨਾਲ ਅਤੇ ਉਸ ਨੂੰ ਸੁਚਾਰੂ ਢੰਗ ਨਾਲ ਚਲਾਉਣ 'ਤੇ ਤੁਹਾਡਾ 2,00,000 ਦਾ ਬੀਮਾ, ਤੁਹਾਡੇ ਰੋਜ਼ਗਾਰ ਲਈ ਬੈਂਕਾਂ ਵਿੱਚੋਂ ਕਰਜ਼ ਦੀ ਸਹੂਲਤ, 12 ਰੁਪਏ ਵਿੱਚ ਐਕਸੀਡੈਂਟਲ ਬੀਮਾ, ਅਜਿਹੀਆਂ ਹੋਰ ਕਈ ਸਕੀਮਾਂ ਜਿਹੜੀਆਂ ਸਾਨੂੰ ਹਜੇ ਤੱਕ ਕਿਸੇ ਨੇ ਦੱਸਿਆ ਹੀ ਨਹੀਂ। ਸਾਨੂੰ ਕੌਣ ਦੱਸੇਗਾ? ਫਿਕਰ ਨਾ ਕਰੋ, ਰੱਬ ਨੇ ਇਸ ਦਾ ਹੱਲ ਵੀ ਕੱਢ ਦਿੱਤਾ ਹੈ। ਤੁਹਾਡੇ ਵਿੱਚ ਆ ਗਿਆ ਹੈ ਰੱਬ ਵੱਲੋਂ ਭੇਜਿਆ ਹੋਇਆ ਇਹ ਬੰਦਾ, ਵਿਜੇ ਡਾਇਮੰਡ। ਲਓ ਸੁਣੋ ਇਹ ਕੀ ਕਹਿ ਰਹੇ ਨੇ। ਹਿੰਦੁਸਤਾਨ ਨੂੰ ਆਜ਼ਾਦ ਹੋਏ 60 ਸਾਲ ਹੋਏ। 60 ਸਾਲ ਦੀ ਆਜ਼ਾਦੀ ਦੇ ਵਿੱਚ ਆਪਾਂ ਨੇ ਕੀ ਖੱਟਿਆ? ਜ਼ਿੰਦਗੀ ਦੀ ਬੁਨਿਆਦੀ ਜ਼ਰੂਰਤ ਕੀ ਹੁੰਦੀ ਹੈ? ਆਮ ਬੰਦੇ ਦੀ ਜ਼ਰੂਰਤ ਕੀ ਹੁੰਦੀ ਹੈ? ਆਮ ਬੰਦੇ ਦੀ ਜ਼ਰੂਰਤ ਹੁੰਦੀ ਹੈ ਰੋਟੀ, ਕੱਪੜਾ, ਮਕਾਨ, ਹੈਲਥ ਅਤੇ ਐਜੂਕੇਸ਼ਨ। ਸਿੱਖਿਆ ਸਾਨੂੰ ਕਿਵੇਂ ਵਧੀਆ ਮਿਲੇ, ਹੈਲਥ ਸਾਡੀ ਕਿਵੇਂ ਠੀਕ ਰਹੇ, ਰੋਟੀ ਖਾਣ ਨੂੰ ਕਿਵੇਂ ਮਿਲੇ, ਕੱਪੜਾ ਠੀਕ ਮਿਲੇ, ਰਹਿਣ ਨੂੰ ਮਕਾਨ ਮਿਲੇ, ਇਹ ਸਾਰੇ ਕੰਮ 60 ਸਾਲ ਦੇ ਅੰਦਰ ਆਪਾਂ ਆਪਣੇ ਤੱਕ ਪਹੁੰਚਾ ਨਹੀਂ ਪਾਏ। ਸਰਕਾਰਾਂ ਨੇ ਸਾਰੀਆਂ ਨੇ ਕੰਮ ਕੀਤਾ, ਸਾਰਿਆਂ ਨੇ ਪ੍ਰਯਾਸ ਕੀਤੇ ਆ। ਉਹ ਭਰਾ ਜੀ ਦਾ ਪ੍ਰਯਾਸ ਕਰਨ ਦਾ ਕੰਮ ਹੋਊਗਾ ਕੁਛ ਹੋਰ ਤਰੀਕੇ ਦਾ, ਇਹਨਾਂ ਦਾ ਕੰਮ ਕਰਨ ਦਾ ਤਰੀਕਾ ਕੁਛ ਹੋਰ ਹੋਊਗਾ, ਇਹਨਾਂ ਦਾ ਤਰੀਕਾ ਹੋਰ ਹੋਊਗਾ, ਇਹਨਾਂ ਦਾ ਤਰੀਕਾ ਹੋਰ ਹੋਊਗਾ, ਮੇਰਾ ਕੋਈ ਹੋਰ ਹੋਊਗਾ, ਉਹਨਾਂ ਦਾ ਕੁਛ ਹੋਰ ਹੋਊਗਾ। ਆਪਣੇ ਘਰ 'ਚ ਹੀ ਦੇਖ ਲਓ, 3-4 ਲੜਕੇ ਹੁੰਦੇ ਜੇ ਆਪਣੇ ਘਰ 'ਚ, ਤੇ 4 ਬੱਚੇ ਹੋਣ, ਇੱਕ ਬੱਚਾ ਜ਼ਿਆਦਾ ਹੁਸ਼ਿਆਰ ਹੁੰਦਾ, ਇੱਕ ਥੋੜ੍ਹਾ ਜਿਹਾ ਘੱਟ ਹੁੰਦਾ। ਕੋਸ਼ਿਸ਼ ਉਹ ਵੀ ਕਰਦਾ ਕਿ ਮੇਰਾ ਘਰ ਹੈ, ਮੈਂ ਕਿੱਦਾਂ ਨੂੰ ਠੀਕ ਕਰਾਂ। ਇੱਕ ਜ਼ਿਆਦਾ ਹੁਸ਼ਿਆਰ ਹੁੰਦਾ, ਉਹ ਜਲਦੀ ਵਧਾ ਲੈਂਦਾ ਆਪਣੇ ਕੰਮ ਕਾਰ, ਜਲਦੀ ਕੰਮ ਕਰ ਲੈਂਦਾ। ਆਪਾਂ ਜਿਹੜੀ ਗੱਲ ਕਰ ਰਹੇ ਸੀ, ਉਹ ਗੱਲ ਇਹ ਸੀਗੀ ਵੀ ਆਪਾਂ ਨੂੰ ਬੁਨਿਆਦੀ ਜ਼ਰੂਰਤਾਂ ਜਿਹੜੀ ਹੈਗੀ ਆਪਣੀ ਲਾਈਫ ਦੀਆਂ, ਉਹ ਆਪਾਂ 60 ਸਾਲ ਦੇ ਵਿੱਚ ਹਲੇ ਪੂਰੀ ਨਹੀਂ ਕਰ ਪਾਏ। ਇੱਕ ਜਿਹੜਾ ਲਾਈਨ ਦੇ ਅਖੀਰ 'ਚ ਬੰਦਾ ਬੈਠਾ, ਉੱਥੇ ਤੱਕ ਜੇ ਹਿੰਦੁਸਤਾਨ ਨੂੰ ਆਜ਼ਾਦ ਕਰਨ ਤੋਂ ਬਾਅਦ ਇਹਨੂੰ ਰੋਟੀ ਖਾਣ ਦੇ ਅੱਜ ਲਾਲੇ ਹੋਣ, ਇਹ ਬਹੁਤ ਬੜੀ ਗੱਲ। ਸਭ ਸਰਕਾਰਾਂ ਨੇ ਕੰਮ ਕੀਤਾ, ਜਿੰਨੀ ਅੱਜ ਤੱਕ ਆਈਆਂ, ਕਿਸੇ ਨੇ ਕੋਈ ਘੱਟ ਨਹੀਂ ਗੁਜ਼ਾਰੀ। ਪਰ ਇੱਕ ਆਪਣੇ ਹਿੰਦੁਸਤਾਨ ਦੀ ਇੱਕ ਵਧੀਆ ਗੱਲ ਹੈ ਵੀ ਇਹ ਤੁਹਾਡੇ ਲੋਕਾਂ ਦਾ ਚੁਣਿਆ ਹੋਇਆ ਇੱਕ ਨੁਮਾਇੰਦਾ, ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਿਆ ਕਿਸੇ ਗਰੀਬ ਤਬਕੇ 'ਚ। ਜਿਸ ਆਦਮੀ ਨੇ ਲੋਕਾਂ ਦੇ ਘਰ 'ਚ ਝਾੜੂ ਪੋਚਾ ਕਰਕੇ, ਚਾਹ ਵੇਚ ਕੇ ਆਪਣਾ ਗੁਜ਼ਾਰਾ ਕੀਤਾ ਅਤੇ ਪੜ੍ਹਾਈ ਕੀਤੀ, ਤਾਂ ਉਸ ਆਦਮੀ ਨੂੰ ਨੈਚੁਰਲ ਗੱਲ ਹੈ, ਉਹਨੂੰ ਦਰਦ ਹੋਏਗਾ, ਉਸ ਗਰੀਬੀ ਦਾ ਦਰਦ ਉਹਨੂੰ ਪਤਾ ਹੋਵੇ। ਜਿਵੇਂ ਆਪਾਂ ਕਿਸੇ ਛੋਟੀ ਜਗ੍ਹਾ ਤੋਂ ਗੁਜ਼ਾਰਾ ਕਰਦੇ ਹੋਈਏ, ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਵੀ ਸਾਡੇ ਬੱਚੇ ਨਾ ਉਸ 'ਚ ਰਹਿ ਜਾਣ, ਆਪਾਂ ਉਹਨਾਂ ਲਈ ਅੱਛਾ ਕੰਮ ਕਰਦੇ ਹਾਂ, ਉਹਨਾਂ ਲਈ ਮਿਹਨਤ ਕਰਦੇ ਹਾਂ, ਉਹਨਾਂ ਨੂੰ ਪੜ੍ਹਾਉਂਦੇ ਹਾਂ, ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਵਧੀਆ ਕੋਈ ਕੰਮ ਮਿਲ ਜਾਵੇ, ਨੌਕਰੀ ਮਿਲ ਜਾਵੇ, ਵੀ ਉਹ ਨਾ ਆਏ ਗਰੀਬੀ ਦੇਖਣ ਜਿਹੜੀ ਅਸੀਂ ਦੇਖੀ। ਹੁਣ ਇਸ ਕੰਮ ਦੇ ਵਿੱਚ ਮੈਂ ਜੇ ਬਹੁਤ ਜ਼ਿਆਦਾ ਲੰਬੀ ਗੱਲ 'ਚ ਪੈਂਦਾ ਤਾਂ ਬਹੁਤ ਲੰਬੀ ਗੱਲ ਹੁੰਦੀ ਹੈ, ਤਾਂ ਮੈਂ ਸਿਰਫ ਤੁਹਾਨੂੰ ਰੋਜ਼ਗਾਰ ਦੀ ਇੱਕ ਗੱਲ ਦੱਸਣਾ।
ਉਹ ਤੁਸੀਂ ਆਰਾਮ ਨਾਲ ਸੁਣੋ ਔਰ ਜਿਹੜਾ ਜ਼ਰੂਰਤਮੰਦ ਹੈ ਉਸ ਲਈ ਇਹ ਸਰਕਾਰ ਮਦਦ ਕਰਨ ਲਈ ਤਿਆਰ। ਇਹ ਤੁਸੀਂ ਐਡ ਕੁਛ ਦੇਰ ਪਹਿਲਾਂ ਅਖਬਾਰਾਂ 'ਚ ਬਹੁਤ ਆਈ ਸੀਗੀ, ਮੈਂ ਉਹਦੀ ਫੋਟੋ ਕਾਪੀ ਕਰਕੇ ਲਿਆ, ਪੜ੍ਹੀ ਹੋਵੇ ਕਿਸੇ ਨੇ, ਪੜ੍ਹੀ ਹੈ, ਬਹੁਤ ਘੱਟ ਬੰਦੇ ਨੇ ਪੜ੍ਹੀ ਹੋਊਗੀ, ਗੱਲ ਪਹੁੰਚਦੀ ਨਹੀਂ ਉਰੇ ਤੱਕ। ਇਹ ਇਸ ਤਰ੍ਹਾਂ ਹੈ, ਸਰਕਾਰ ਕੋਲ ਨੌਕਰੀ ਹੈ ਨਹੀਂ ਦੇਣ ਨੂੰ, ਸਰਕਾਰ ਛੱਡੋ ਪ੍ਰਾਈਵੇਟ ਵੀ ਨਹੀਂ ਮਿਲਦੀ। ਹੁਣ ਉਹਨਾਂ ਨੇ ਸੋਚਿਆ ਵੀ ਉਹ ਗਰੀਬ ਆਦਮੀ ਦੇ ਘਰ ਰੋਟੀ ਕਿਵੇਂ ਪਹੁੰਚੇ। ਉਹਨਾਂ ਨੇ ਕਿਹਾ ਵੀ ਜਿਹੜਾ ਬੰਦਾ ਕੋਈ ਕੰਮ ਜਾਣਦਾ ਆਪਣਾ ਕੋਈ ਕੰਮ ਕਰ ਲਏ, ਹੁਣ ਕੰਮ ਕਰ ਲਏ, ਕੰਮ ਦੀ ਲਿਸਟ ਬਣਾ ਲਈ, ਆ ਸਮਾਨ ਚਾਹੀਦਾ, ਸਮਾਨ ਲਈ ਪੈਸੇ ਹੈ ਨਹੀਂ। ਸਰਕਾਰ ਨੇ ਇਹ ਡਿਸਾਈਡ ਕੀਤਾ 1,26,000 ਰੁਪਇਆ ਬੈਂਕਾਂ ਨੂੰ ਦਿੱਤਾ ਵੀ ਜਿਹੜੇ ਬੰਦੇ ਨੂੰ ਪੈਸੇ ਦੀ ਲੋੜ ਹੈ ਕੰਮ ਕਰਨ ਲਈ ਉਹ ਉਸ ਬੰਦੇ ਨੂੰ ਪੈਸੇ ਦਿਓ, ਔਰ ਇਹ ਪੈਸੇ ਦੇ ਅਗੇਂਸਟ ਤੁਹਾਡੇ ਕੋਲੋਂ ਕੋਈ ਵੀ ਗਰੰਟੀ ਨਹੀਂ ਲੈ ਰਿਹਾ। ਕਿਸੇ ਪੰਚ ਸਰਪੰਚ ਨੰਬਰਦਾਰ ਦੀ ਗਵਾਹੀ ਵੀ ਨਹੀਂ ਪਵਾ ਰਿਹਾ ਇਹ ਪੈਸੇ ਮਿਲਣ ਦੇ। ਹੁਣ ਇੱਕ ਆਦਮੀ ਦੇ ਹੁਨਰ ਹੈ ਉਹ ਕੰਮ ਕਰ ਸਕਦਾ, ਇੱਕ ਆਦਮੀ ਕਹਿੰਦਾ ਮੈਨੂੰ ਤਾਂ ਆਉਂਦਾ ਹੀ ਕੁਛ ਨਹੀਂ ਜੀ, ਹੁਣ ਮੈਂ ਰੋਟੀ ਖਾਣੀ ਹੈ ਮੈਂ ਕੀ ਕਰਾਂ, ਇਹ ਵੀ ਤਾਂ ਸਵਾਲ ਪੈਦਾ ਹੋਊਗਾ। ਹੁਣ ਪਰ ਜਿਹਨੂੰ ਕੰਮ ਕਰਨਾ ਜ਼ਰੂਰ ਪਊਗਾ, ਨਹੀਂ ਆਉਂਦਾ ਕੋਈ ਛੋਟਾ ਮੋਟਾ ਕੁਛ ਤਾਂ ਕਰਨਾ ਆਉਂਦਾ ਹੋਊਗਾ, ਮੈਨੂੰ ਰੇਹੜੀ ਚਾਹੀਦੀ ਹੈ, ਮੈਂ ਬਰਗਰ ਦੀ ਰੇਹੜੀ ਲਾ ਸਕਦਾ, ਮੈਂ ਸਬਜ਼ੀ ਦੀ ਰੇਹੜੀ ਲਾ ਸਕਦਾ, ਮੈਂ ਫਰੂਟ ਦੀ ਰੇਹੜੀ ਲਾ ਸਕਦਾ, ਮਤਲਬ ਇੰਨੇ ਕੁ ਛੋਟੇ ਕੰਮ ਲਈ ਵੀ ਸਰਕਾਰ ਪੈਸੇ ਦਿੰਦੀ ਹੈ। ਮਤਲਬ ਵੀ ਸਰਕਾਰ ਇੰਨੇ ਛੋਟੇ ਜਿਹੇ ਕੰਮ ਲਈ ਵੀ ਪੈਸੇ ਦੇਣ ਨੂੰ ਤਿਆਰ। ਇਹ ਪੈਸੇ ਉਹੀ ਬੰਦਾ ਲਿਓ ਜਿਹਨੇ ਕੰਮ ਕਰਨਾ। ਆਪਾਂ ਪੈਸੇ ਲਈਏ ਲੈ ਕੇ ਵਿਆਹ ਸ਼ਾਦੀ 'ਚ, ਫਰਿੱਜ, ਟੀ ਵੀ, ਇੱਧਰ ਉੱਧਰ ਪੈਸੇ ਲਾ ਦਈਏ, ਉਹ ਬੰਦਾ ਪੈਸੇ ਨਾ ਲਵੇ। ਆਪਾਂ ਇੱਕ ਬੰਦਾ ਵੀ ਅਗਰ ਪਿੰਡ 'ਚੋਂ ਇਹੋ ਜਿਹਾ ਕੰਮ ਕਰੇਗਾ, ਜ਼ਰੂਰਤਮੰਦ ਜਿਹੜੇ ਬਾਕੀ ਦੇ ਬੰਦੇ ਆ ਉਹਨਾਂ ਦਾ ਨੁਕਸਾਨ ਕਰੇਗਾ। ਇਹਦੇ 'ਚ ਕੀ ਕਰਨਾ ਜੀ, ਆਹ ਮੈਂ ਫਾਰਮ ਤੁਹਾਡੇ ਇੱਥੇ ਦੇ ਕੇ ਜਾਂਦਾ, ਇਹ ਫਾਰਮ ਭਰਨਾ, ਬੈਂਕ ਤੁਹਾਨੂੰ ਦੱਸ ਦੇਣਾ ਤੁਹਾਨੂੰ ਕਿਹੜਾ ਜਾਏਗਾ, ਅਤੇ ਇਹਦੇ ਪਿੱਛੇ ਲੱਗਣਾ ਜਿਹੜਾ ਆਪਾਂ ਨੂੰ ਇੱਕ ਲਿਸਟ ਲਾਉਣੀ ਹੈ ਵੀ ਆਹ ਸਮਾਨ ਚਾਹੀਦਾ, ਇਹ ਸਮਾਨ ਐਨੇ ਦਾ, ਉਹਦੀ ਡਿਟੇਲ ਬਣਾ ਕੇ ਇਹਦੇ ਨਾਲ ਇੱਕ ਕੋਟੇਸ਼ਨ ਦੀ ਸਾਨੂੰ ਲੋੜ, ਇੱਕ ਆਧਾਰ ਕਾਰਡ ਦੀ ਕਾਪੀ, ਦੋ ਫੋਟੋਆਂ, ਦੋ ਐਡਰੈਸ ਪਰੂਫ, ਲਾਈਕ ਜਿਵੇਂ ਘਰ ਦਾ ਕੋਈ ਰਾਸ਼ਨ ਕਾਰਡ ਹੋਵੇ, ਵੋਟਰ ਕਾਰਡ ਹੋਵੇ, ਉਹ ਇਹਦੇ ਨਾਲ ਲਾ ਦਿਓ। ਇਹ ਫਾਰਮ ਭਰ ਕੇ ਉਰੇ ਬੈਂਕ ਦਾ ਨਾਂ ਲਿਖਣਾ, ਇੱਥੇ ਦੋ ਫੋਟੋਆਂ ਲਾਉਣੀਆਂ, ਇੱਥੇ ਦਸਤਖਤ ਕਰਨਾ, ਇੱਥੇ ਆਪਣਾ ਆਧਾਰ ਕਾਰਡ ਨੰਬਰ ਭਰਨਾ, ਟੈਲੀਫੋਨ ਨੰਬਰ ਭਰਨਾ, ਨਾਂ ਫਾਦਰ ਦਾ ਨਾਂ ਜਾਂ ਹਸਬੈਂਡ ਦਾ ਨਾਂ ਉਹ ਭਰਨਾ। ਬਹੁਤ ਛੋਟੀ ਜਿਹੀ ਫਾਰਮੈਲਿਟੀ ਹੈ, ਕੋਈ ਜ਼ਿਆਦਾ ਕੰਮ ਨਹੀਂ ਹੈ, ਕੋਈ ਵੀ ਬੰਦਾ ਆਰਾਮ ਨਾਲ ਭਰ ਸਕਦਾ ਜੀ। ਇੰਨਾ ਕੁ ਕੰਮ ਹੈ, ਤੁਸੀਂ ਕਰ ਲਓ ਜਿਹਦੇ ਬੰਦੇ ਜ਼ਰੂਰਤ ਹੈ। ਅਗਰ ਇਹ ਕੰਮ ਕਰਨ ਦੇ ਵਿੱਚ ਦੇਖੋ ਅਫਸਰ ਫਿਰ ਤੁਹਾਨੂੰ ਜਿਵੇਂ ਮੈਂ ਦੱਸ ਕੇ ਹਟਿਆ ਵੀ ਅਫਸਰ ਫਿਰ ਤੰਗ ਕਰਨਗੇ, ਇੱਕ ਤੁਹਾਡੀ ਐਪਲੀਕੇਸ਼ਨ ਭਗਾ ਕੇ ਮਾਰਨੀ ਹੈ, ਕਹਿੰਦੇ ਜਾਓ ਜੀ ਇਹ ਤਾਂ ਹੈ ਨਹੀਂ ਸਾਡੇ, ਆਪਾਂ ਵੀ ਦੋ ਗੇੜੇ ਖਾ ਕੇ ਦੁਖੀ ਹੋਏ ਤਾਂ ਛੱਡ ਆ ਰਹੇ, ਸਾਡਾ ਪਤਾ ਨਹੀਂ ਕੀ ਹੈ, ਮਿਲਣਾ ਹੀ ਨਹੀਂ ਗਾ। ਨੈਗੇਟਿਵ ਸੋਚ ਆਪਣੇ ਮਨ 'ਚ ਬਣੀ ਹੋਈ ਹੈ, ਜਿਵੇਂ ਆਪਣੇ ਮਨ 'ਚ ਬਣੀ ਹੈ ਅਫਸਰਾਂ 'ਚ ਵੀ ਬਣੀ ਹੋਈ ਹੈ। ਹੁਣ ਉਹ ਨੈਗੇਟਿਵ ਸੋਚ ਆਪਾਂ ਨੇ ਠੀਕ ਕਰਨੀ, ਉਹ ਠੀਕ ਕਿਵੇਂ ਹੋ ਸਕਦੀ ਹੈ, ਤੁਹਾਡੇ ਲੋਕਾਂ ਦੀ ਮਦਦ ਦੇ ਨਾਲ ਹੋਊਗੀ। ਮੈਂ ਤੁਸੀਂ ਮੈਨੂੰ ਕਹੋਗੇ ਤੁਸੀਂ ਫੋਨ ਕਰ ਦਿਓ, ਮੈਂ ਕਰ ਦੂੰਗਾ, ਤੁਹਾਡਾ ਕੰਮ ਹੋ ਜੂਗਾ, ਪਰ ਤੁਹਾਡਾ ਹੌਸਲਾ ਕਿਵੇਂ ਖੁੱਲੂਗਾ? ਬੈਂਕ 'ਚ ਜਾਓ, ਤੁਸੀਂ ਇੱਕ ਲਾਓ, ਦੋ ਲਾਓ, ਤਿੰਨ ਲਾਓ, ਕਿਹੜੇ ਇੱਕ ਵਾਰੀ ਤਾਂ ਲਾਓ। ਲਾਉਣ ਤੋਂ ਬਾਅਦ ਮੈਂ ਇਹਦੇ ਪਿੱਛੇ ਇੱਕ ਐਪਲੀਕੇਸ਼ਨ ਲਿਖੀ ਹੈ, ਹੋਰ ਇਸ ਐਪਲੀਕੇਸ਼ਨ ਦੇ ਵਿੱਚ ਇਹ ਲਿਖਿਆ ਵੀ ਅਸੀਂ 19 ਤਰੀਕ ਨੂੰ 1,000 ਰੁਪਏ ਲਈ ਫਲਾਣੇ ਬੈਂਕ 'ਚ ਲੋਨ ਅਪਲਾਈ ਕੀਤਾ ਸੀ, ਪਰ ਬੈਂਕਾਂ ਨੇ ਸਾਡੀ ਸੁਣੀ ਨਹੀਂ। ਇੱਥੇ ਆਪਣਾ ਐਡਰੈਸ ਔਰ ਨਾਂ ਔਰ ਟੈਲੀਫੋਨ ਨੰਬਰ ਲਿਖ ਕੇ ਇੱਕ ਫੋਟੋ ਲਾ ਕੇ, ਆਧਾਰ ਕਾਰਡ ਦੀ ਕਾਪੀ ਲਾ ਕੇ, ਜਿਹਦਾ ਕੰਮ ਨਾ ਹੋਵੇ ਮੇਰੇ ਕੋਲ ਦੇ ਦਿਓ। ਜੇ ਬੈਂਕ ਵਾਲਾ ਤੁਹਾਡੇ ਕਾਗਜ਼ ਨਹੀਂ ਲੈਂਦਾ ਦੋ ਗੇੜੇ ਤਿੰਨ ਗੇੜਿਆਂ ਤੋਂ ਬਾਅਦ, ਤੁਸੀਂ ਇਹ ਕਾਗਜ਼
ਇੱਕ ਕਾਪੀ ਆਪਣੇ ਕੋਲ ਰੱਖ ਕੇ ਬਾਕੀ ਕਾਪੀ ਉਹਨਾਂ ਕੋਲ ਰਜਿਸਟਰੀ ਕਰਾਉਣੀ ਬੈਂਕ ਨੂੰ। ਆਪਣੇ ਕੋਲ ਪੱਕਾ ਸਬੂਤ ਹੋਵੇ ਬੈਂਕ ਦੇ ਘਰ ਕਾਗਜ਼ ਚਲੇ, ਉਹਦੀ ਰਸੀਦ ਦੀ ਵੀ ਫੋਟੋ ਕਾਪੀ ਇਹਦੇ ਨਾਲ ਲਾ। ਅਗਰ ਮੈਂ ਬੈਂਕ 'ਚ ਜਾਣਾ ਤੁਹਾਡੇ ਵਿਆਹ 'ਤੇ ਪੁੱਛਦਾ ਵੀ ਪੁਰਾਣੇ ਬੰਦੇ ਨੂੰ ਲੋਨ ਮਿਲਿਆ ਨਹੀਂ, ਉਹ ਮੈਨੂੰ ਆ ਕੇ ਕਹੂਗਾ ਜੀ ਤੁਸੀਂ ਕੌਣ ਹੋ ਸਾਨੂੰ ਪੁੱਛਣ ਵਾਲੇ, ਮੇਰੇ ਕੋਲ ਜਦ ਇਹ ਲੈਟਰ ਹੋਊਗਾ ਨਾ ਤੁਹਾਡਾ ਮੈਂ ਉਹਨੂੰ ਦਿਖਾਊਂਗਾ ਮੈਂ ਇਹ ਹੈਗਾ। ਮੰਨ ਲਓ ਕੋਈ ਆਦਮੀ 50,000 ਰੁਪਈਆ ਲੈਂਦਾ, ਇਹਦਾ ਤਕਰੀਬਨ 950 ਤੋਂ ਲੈ ਕੇ 1,000 ਰੁਪਏ ਦੇ ਵਿੱਚ ਵਿੱਚ ਮਹੀਨੇ ਦੀ ਵਾਪਸੀ ਹੈ। ਜੇ ਤੁਸੀਂ ਉੱਥੋਂ 7-8,000 5,000 ਕਮਾਉਂਦੇ ਹੋ, 1,000 ਰੁਪਈਆ ਬੈਂਕ ਨੂੰ ਮੋੜ ਕੇ ਬਾਕੀ ਘਰ ਆਪਣੇ ਕੋਲ ਖਰਚਣ ਨੂੰ ਵਰਤਣ ਨੂੰ ਬਣ ਕੇ ਪਏ ਸੀ। ਇਹ ਮੋੜਨਾ 1,000 ਰੁਪਏ ਮਹੀਨਾ ਹੈ 5 ਸਾਲ 'ਚ, ਕੋਈ ਬੜੀ ਗੱਲ ਨਹੀਂ ਹੈਗੀ, 950,000 ਰੁਪਏ ਮਹੀਨਾ ਮੋੜ। ਪਰ ਫਿਰ ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਕੋਈ ਆਦਮੀ ਇਸ ਕੰਮ ਲਈ ਨਾ ਪੈਸੇ ਲਿਓ ਵੀ ਮੈਂ ਕੰਮ ਦਿਖਾ ਦੇਵਾਂ ਔਰ ਪੈਸੇ ਘਰ ਦੇ ਖਰਚੇ ਚਲਾਵਾਂ। ਹੋਰ ਪੁੱਛੋ ਜੀ, ਤੁਸੀਂ ਕੋਈ ਚੀਜ਼ ਪੁੱਛਣੀ ਹੋਵੇ ਕਿਸੇ ਨੇ ਵੀ ਕੋਈ ਚੀਜ਼ ਆਰਾਮ ਨਾਲ, ਤੁਹਾਨੂੰ ਜੇ ਕੋਈ ਸਮਝ ਆਵੇ ਗੱਲ, ਕੋਈ ਚੀਜ਼ ਪੁੱਛਣ ਵਾਲੀ ਗੱਲ ਹੈਗੀ ਪੁੱਛੋ। ਤੁਸੀਂ ਗੱਲ ਕਹਿ ਰਹੇ ਹੋ ਨਾ, ਹੁਣ ਮੈਂ ਅਨਪੜ੍ਹ ਆ ਮੈਨੂੰ ਨਹੀਂ ਆਉਂਦਾ ਕੁਛ, ਨਹੀਂ ਤੁਸੀਂ ਮੈਂ ਥੋੜੀ ਮੈਂ ਸਮਝਣਾ ਮੇਰੀ ਗੱਲ, ਮੈਂ ਹੀ ਸਮਝਾਣਾ, ਬਹੁਤ ਵਧੀਆ ਕੁਸ਼ਚਨ ਆ। ਮੈਂ ਉਸ ਤੋਂ ਪਹਿਲਾਂ ਦੱਸ ਕੇ ਹਟਿਆ ਵੀ ਇੱਕ ਆਦਮੀ ਕਹਿੰਦਾ ਜੀ ਮੈਨੂੰ ਤਾਂ ਕੁਛ ਆਉਂਦਾ ਨਹੀਂ ਪਰ ਰੋਟੀ ਤਾਂ ਮੈਂ ਵੀ ਕਮਾਉਣੀ, ਪਰ ਕੰਮ ਕੁਛ ਤਾਂ ਸੋਚਣਾ ਪਏਗਾ, ਤੁਸੀਂ ਸੋਚੋ ਮੈਂ ਕੀ ਕਰ ਸਕਦੀ। ਬਹੁਤ ਬਹੁਤ ਛੋਟੇ ਛੋਟੇ ਜਿਹੇ ਕੰਮ ਸੋਚੇ ਜਾ ਸਕਦੇ। ਹੁਣ ਇਹਨਾਂ ਨੇ ਕੁਐਸਚਨ ਕੀਤਾ ਹੋਰ ਵੀ ਮੱਝ ਲਈ ਲੋਨ ਮਿਲ ਸਕਦਾ ਕਿ ਨਹੀਂ ਮਿਲ ਸਕਦਾ, ਛੋਟਾ ਜਿਹਾ ਕੰਮ ਹੈ। ਹੁਣ ਮੈਂ ਤੁਹਾਨੂੰ ਕਹਿੰਦਾ ਵੀ ਇਹ ਜਿਹੜਾ ਫਾਰਮ ਹੈ ਇਹਦੇ ਉੱਤੇ ਡਾਇਰੀ ਲਿਖ ਕੇ, ਵਪਾਰ ਕੀ ਹੈ ਡਾਇਰੀ ਦਾ, ਡੇਅਰੀ ਹੋ ਗਈ ਨਾ ਆਪਾਂ ਮੈਸ ਰੱਖ ਲਈ ਉਹਦਾ ਦੁੱਧ ਚੋ ਕੇ ਆਪਾਂ ਪਿੰਡ 'ਚ ਵੇਚ ਲੈਣਾ ਆਪਣਾ ਕੰਮ ਚੱਲ ਜਾਊਗਾ। ਮੈਂ ਉਹਦੀ ਬਾਕੀ ਤੁਸੀਂ ਕੋਈ ਹੋਰ ਬਾਰੇ ਪੁੱਛੋ, ਮੈਂ ਤੁਹਾਨੂੰ ਸ਼ਿਓਰਟੀ ਦਿੰਦਾ ਤੁਹਾਡਾ ਕੰਮ ਕਰਾਊਂਗਾ, ਡੇਅਰੀ ਵਾਸਤੇ ਮੈਂ ਪੱਕੀ ਸ਼ਿਓਰਟੀ ਨਹੀਂ ਦਿੰਦਾ ਕਿਉਂਕਿ ਮੈਂ ਝੂਠ ਨਹੀਂ ਬੋਲਣਾ ਕਿਸੇ ਗੱਲ ਲਈ, ਪਰ ਮੇਰੀ ਕੋਸ਼ਿਸ਼ ਇਹ ਹੋਊਗੀ ਤੁਹਾਨੂੰ 100% ਲੋਨ ਡੇਅਰੀ ਦੇ ਉੱਤੇ ਵੀ ਮਿਲ ਜਾਊ। ਤੁਸੀਂ ਮੇਰੀ ਗੱਲ ਸੁਣੋ, ਕੋਈ ਬੰਦੇ ਸੰਸਥਾ ਆਉਂਦੇ ਦਿੱਤਾ ਤੁਹਾਨੂੰ 5,000 ਰੁਪਈਆ ਲੈ ਲਿਆ, ਕਿੰਨੇ ਦਿਨ ਚਲਾਇਆ, ਮਹੀਨਾ, ਮਹੀਨੇ ਬਾਅਦ ਫਿਰ ਆਪਾਂ ਨੇ ਹੱਥ ਅੱਡ ਲਿਆ, ਕੋਈ ਹੋਰ ਆਜੂ ਦੇਣ ਵਾਲਾ। ਜੇ ਆਪਣੀ ਮਿਹਨਤ ਨਾਲ ਤੁਸੀਂ ਪੈਸੇ ਕਮਾ ਕੇ 1,000 ਨਾਲ ਵੀ ਰੋਟੀ ਖਾ ਲਓਗੇ ਨਾ, ਉਹ ਬਹੁਤ ਬੜੀ ਸ਼ਾਂਤੀ ਗੱਲ ਹੁੰਦੀ। ਸਿਰ ਚੱਕ ਕੇ ਬੰਦਾ ਨਿਕਲਦਾ ਵੀ ਆ ਮੈਂ ਯਾਰ ਆਪਣੇ ਪੈਸੇ ਨਾਲ ਕਮਾ ਕੇ ਰੋਟੀ ਖਾਂਦਾ, ਮੈਂ ਕਿਹੜੀ ਗੱਲ ਰਹੀ, ਆਪਣੀ ਸ਼ਾਨ ਬਣਾਓ। ਆਪਾਂ ਇੱਦਾਂ ਨਹੀਂ ਕਰਨਾ, ਪਰਮਾਤਮਾ ਆਪਣੇ ਚ ਤਾਕਤ ਦੇਵੇ ਆਪਾਂ ਇੱਦਾਂ ਨਹੀਂ। ਬਸ ਹੁਣ ਤੁਹਾਨੂੰ ਆਪਣੇ ਭਵਿੱਖ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਤੁਹਾਨੂੰ ਆਪਣੇ ਪੈਰਾਂ 'ਤੇ ਖੜ੍ਹੇ ਕਰਨ ਲਈ ਅਸੀਂ ਹਮੇਸ਼ਾ ਤੁਹਾਡੇ ਨਾਲ ਖੜ੍ਹੇ ਹਾਂ। ਕਹਿੰਦੇ ਨੇ ਰੱਬ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਨੇ।